ਟੋਰਟੋ ਅਗਵਾਈ ਕਰਨ ਦੀ ਸੇਵਾ ਲੱਗੀ ਹੈ ਭਾਈ ਅਮਰਤਪਾਲ ਸਿੰਘ ਰਾਣ ਦੀ ਇਨਸਾਨ ਦੇ ਹੱਥ ਨਹੀਂ ਕਿ ਕਿਸੇ ਨੂੰ ਸ਼ੌਹਰਤ ਦੇ ਦੇ ਕਿਸੇ ਨੂੰ ਗੁਰਗੱਦੀ ਦੇ ਦੇ ਕਿਸੇ ਨੂੰ ਕਿਸੇ ਮੁਖੀ ਦਾ ਥਾਪੜਾ ਦੇ ਦੇ ਜਾਂ ਕੋਈ ਗੱਦੀ ਦੇ ਦੇ ਇਹ ਤੁਰ ਦਰਗਾਹ ਤੋਂ ਸੇਵਾਵਾਂ ਲੱਗਦੀਆਂ ਨੇ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਲੱਗੀਆਂ ਨੇ ਸੋਏ ਹਜ਼ਾਰਾਂ ਸੰਗਤਾਂ ਦਾ ਠਾਠਾ ਮਾਰਦਾ ਕੱਠ ਦੱਸਦਾ ਆ ਪਿੱ ਕੌਮ ਨੂੰ ਲੰਬੇ ਸਮੇਂ ਤੋਂ ਜਿਹੜੇ ਜ਼ਖਮਾਂ ਤੋਂ ਜਿਹੜੀ ਗੁਲਾਮੀ ਦੀਆਂ ਜ਼ੰਜੀਰਾਂ 'ਚ ਕੌਮ ਜਕੜੀ ਹੋਈ ਸੀ ਉਹ ਕੌਮ ਜਿਹੜੀ ਕੌਮ ਨੇ 40 ਸਾਲ ਦਾ ਰਾਜ ਤੋਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ 40 ਸਾਲ ਰਾਜ ਤੋਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਦੀਆਂ ਅੱਖਾਂ ਬੰਦ ਹੋਣ ਦੀ ਦੇਰ ਆ 10 ਸਾਲ ਦੇ ਵਿੱਚ ਵਿੱਚ ਹੀ ਦੁਬਾਰਾ ਤੋਂ ਸਾਨੂੰ ਪੰਜਾਬ ਨੂੰ ਪੰਜਾਬੀਅਤ ਨੂੰ ਪੰਥ ਨੂੰ ਕੌਮ ਨੂੰ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਇਹਨਾਂ ਸਲਤਨਤਾਂ ਨੇ ਜਕੜ ਕੇ ਰੱਖ ਦਿੱਤਾ ਅੱਜ ਉਸੇ ਗੁਲਾਮੀ ਦੀਆਂ ਜੰਜੀਰਾਂ ਦਾ ਆਜ਼ਾਦ ਕਰਾਉਣ ਦੀ ਨੀਤੀ ਨੂੰ ਰੱਖਦੇ ਹੋਏ ਭਾਈ ਅਮਰਤਪਾਲ ਸਿੰਘ ਰਾਣੇ ਹਾ ਦਾ ਨਾਰਾ ਮਾਰਿਆ ਹਕੂਮਤ ਦੇ ਖਿਲਾਫ ਉਹਨਾਂ ਦੇ ਅਤਿਆਚਾਰ ਦੇ ਸਿੱਖਾਂ ਦੀ ਨਸਲਕੁਸ਼ੀ ਦੇ ਲਈ ਜਿਹੜੇ ਹੋਰ ਅਤਿਆਚਾਰ ਸੱਚ ਹੱਕ ਦੀ ਆਵਾਜ਼ ਬੁਲੰਦ ਕਰਨ ਦੇ ਲਈ ਪੰਜਾਬ ਤੋਂ ਸਿੱਖ ਕੌਮ ਦੀ ਅਗਵਾਈ ਦਾ ਥਾਪੜਾ ਲੈਣ ਧੰਨ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਦੇ ਉੱਚੇ ਤੇ ਸੁੱਚੇ ਸੱਚਖੰਡ ਦਰਬਾਰ ਚ ਆਸ਼ੀਰਵਾਦ ਲੈਣੇ ਨੌਜਵਾਨਾਂ ਤੇ ਪਿਆਰ ਨੂੰ ਦੇਖਦੇ ਹੋਏ ਉਤਸ਼ਾਹ ਨੂੰ ਦੇਖਦੇ ਹੋਏ ਕਿਤੇ ਨਾ ਕਿਤੇ ਆਸ ਜਾਗੀ ਆ ਅੱਖਸ ਦੀ ਆਸਾ ਦੀ ਕਿਰਨ ਜਾਗੀ ਆ ਵੀ ਸ਼ਾਇਦ ਕਿਤੇ ਕੌਮ ਦਾ ਚੰਗਾ ਭਲਾ ਆਉਣ ਵਾਲਾ ਸਮਾਜ ਚੰਗਾ ਭਲਾ ਹੋਵੇ ਨਹੀਂ ਤੇ ਕੌਮ ਨੇ ਬਹੁਤ ਜ਼ਬਰ ਜ਼ੁਲਮ ਤੇ ਤਸੀਹੇ ਚੱਲੇ ਆ ਸਿੱਖਾਂ ਦਾ ਆਉਣ ਵਾਲਾ ਪੰਜ ਚਾਰ ਸਾਲ ਚੰਗੇ ਨਹੀਂ ਇਸ ਕਰਕੇ ਸਾਨੂੰ ਭਾਈ ਅਮਰਤਪਾਲ ਸਿੰਘ ਰੰ ਦਾ ਸਾਥ ਦੇਣਾ ਪੈਣਾ ਆ ਬਿਨਾ ਨੁਕਤਾ ਚੀਨੀ ਤੋਂ ਬਿਨਾ ਰੋਕ ਟੋਕ ਤੋਂ ਬਿਨਾ ਨੁਕਸ ਕੱਢਣ ਤੋਂ ਐਸ ਵਕਤ ਜਿਹੜਾ ਆਗੂ ਜਿਹੜਾ ਇਨਸਾਨ ਗੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਕਰਾਉਣ ਦੀ ਗੱਲ ਕਰਦਾ ਆਜ਼ਾਦ ਕਰਾਉਣ ਦੀ ਜਿਹੜਾ ਗੱਲ ਕਰਦਾ ਆਪਣੇ ਘਰ ਦੀ ਜਿਹੜਾ ਗੱਲ ਕਰਦਾ ਆਪਣਾ ਅਸਲ ਘਰ ਅਨੰਦਪੁਰ ਸਾਹਿਬ ਦੀ ਤੇ ਨੌਜਵਾਨਾਂ ਨੂੰ ਪਰਤਨ ਦਾ ਸੱਦਾ ਦਿੰਦਾ ਆ ਜਿਹੜਾ ਗੱਲ ਕਰਦਾ ਖੰਡੇ ਪਾਟੇ ਦੀ ਭੋਲਦੀ ਉਹ ਪਰ ਉਹ ਤੱਤੀਆਂ ਗੱਲਾਂ ਵਾਲਾ ਕਿੱਦਾਂ ਹੋ ਸਕਦਾ ਉਹ ਆਰਐਸਐਸ ਦਾ ਕਿਵੇਂ ਹੋ ਸਕਦਾ ਸੋ ਬੜਾ ਦੁੱਖ ਹੁੰਦਾ ਆ ਜਦੋਂ ਸਾਡੇ ਦੇਖ ਦੇ ਵਿੱਚ ਸਾਡੇ ਲਿਬਾਸ ਦੇ ਵਿੱਚ ਹੀ ਸਾਡੇ ਹੀ ਪ੍ਰਚਾਰਕ ਸਾਨੂੰ ਭੰਡਦੇ ਆ ਉਹੀ ਜਿਹੜੇ 7-8 ਮਹੀਨੇ ਪਹਿਲਾਂ ਭਾਈ ਸੰਦੀਪ ਸਿੰਘ ਭਾਈ ਦੀਪ ਸਿੱਧੂ ਨੂੰ ਸਟੇਜਾਂ ਤੋਂ ਗਦਾਰਾਂ ਦੇ ਸਰਟੀਫਿਕੇਟ ਦਿੱਤੇ ਇੱਕ ਦਾਰਾਂ ਦੇ ਸਰਟੀਫਿਕੇਟ ਕਿਸੇ ਨੇ ਜੇਬ ਚ ਪਾਏ ਆ ਵੀ ਜਦੋਂ ਦਿਲ ਕੀਤਾ ਉਦੋਂ ਦੇ ਦਿੱਤੇ ਪਰ ਇਹ ਮਤ ਜਾਣਿਓ ਸਾਡੇ ਕਹਿਣ ਦੇ ਨਾਲ ਕੁਝ ਹੋ ਜਾਣਾ ਜਾ ਜਿਹੜੇ ਤੌਮਤਾਂ ਲਾਉਂਦੇ ਆ ਇਹ ਧੁਰ ਦਰਗਾਹ ਤੋਂ ਡਿਊਟੀਆਂ ਲੱਗੀਆਂ ਆ ਚਾਹੇ ਜਿੰਨੀ ਮਰਜ਼ੀ ਕੋਈ ਕੋਸ਼ਿਸ਼ਾਂ ਕਰ ਲੇ ਕਿੰਨੇ ਕ ਮਗਾਉਣਗੇ ਕਿੰਨੇ ਕ ਜੇ ਇੱਕ ਦੀਵ ਸੁੱਤਾ ਤੇ ਹਜ਼ਾਰਾਂ ਦੀ ਗਿਰਦੀ ਵਿੱਚ ਦੀਵ ਜਾਗ ਪਈ ਆ ਕਿੰਨੇ ਕਵਾਜਾਂ ਨੂੰ ਬਲੰਦ ਕਰੋਗੇ ਇੱਕ ਆਵਾਜ਼ ਨੂੰ ਬਲੰਦ ਕਰੋਗੇ ਹਜ਼ਾਰਾਂ ਆਵਾਜ਼ਾਂ ਜਿਹੜੀਆਂ ਫੇਰ ਉੱਠ ਜਾਣੀਆਂ ਬਗਾਵਤ ਨੂੰ ਬਗਾਵਤ ਨੂੰ ਲੈ ਕੇ ਜਦੋਂ ਭਾਈ ਸੰਦੀਪ ਸਿੰਘ ਸਿੱਧੂ ਦਾ ਜਦੋਂ ਭਾਈ ਦੀਪ ਸਿੱਧੂ ਦਾ ਅੰਤਿਮ ਸੰਸਕਾਰ ਹੋਇਆ ਨੌਜਵਾਨਾਂ ਨੇ ਧਾਹਾ ਮਾਰ ਮਾਰ ਕੇ ਕਿਹਾ ਬਾਜਾਂ ਵਾਲਿਆ ਬਾਜਾਂ ਵਾਲਿਆ ਸਾਨੂੰ ਅਮਰਤ ਦੀ ਦਾਤ ਦੇ ਦੇ ਸਾਨੂੰ ਖੰਡੇ ਬਾਟੇ ਦੀ ਪੌਣ ਦੇ ਦੇ ਸਾਡੇ ਗਾਥਰੇ ਪਵਾ ਦੇ ਤੇ ਅੱਜ ਬਾਜਾਂ ਵਾਲਿਆਂ ਨੇ ਪਵਾ ਦਿੱਤੇ ਹੁਣ ਸਮਾਂ ਆ ਕੁਝ ਕੁ ਸਮੇਂ ਤੋਂ ਇੰਨੀ ਕਿਰਪਾ ਵਾਪਰਦੀ ਐ ਨਾ ਇੰਨੀ ਕਿਰਪਾ ਵਰਤਰੀ ਆ ਕੌਮ ਡੁੱਬੀ ਹੋਈ ਕੌਮ ਬਿਣਾ ਸਾਦੀ ਕਿਰਨ ਤੋਂ ਲੈ ਕੇ ਜਿਹਦੀਆਂ ਆਸਾਂ ਦੇ ਪਾਣੀ ਫੇਰ ਚੁੱਕਾ ਸੀ ਜਿਹੜੀ ਕੌਮ ਨੂੰ ਭਰੋਸਾ ਟੁੱਟ ਚੁੱਕਾ ਸੀ ਸਾਡੇ ਵਿੱਚ ਹੀ ਵੜ ਕੇ ਜਿਹੜੇ ਪਿੱਠ 'ਚ ਛੁਰੇ ਖੋਬੇ ਤੇ ਕੌਮ ਤੇ ਨੌਜਵਾਨੀ ਘਰਾਂ ਦੇ ਵਿੱਚ ਬੈਠੀ ਸੀ ਪੀ ਕੋਈ ਆਵੇਗਾ ਕੋਈ ਆਏ ਦੇਖੋ ਗਾ ਕੀ ਕੋਈ ਆਉ ਮਿਲੇ ਕੋ ਗਾਹੀ ਲੈ ਕੇ ਮਹੰਗੇ ਮੋਲ ਗੁਰਬਾਣੀ ਦਾ ਫਰਮਾਨ ਆ ਇਹ ਕੋਈ ਸੌਦਾ ਸਸਤਾ ਨਹੀਂ ਆ ਇਹ ਖੰਡਿਓ ਤਿੱਖੀ ਵਾਲਿਓ ਨਿੱਕੀ ਏਤ ਮਾਰ ਕੇ ਜਾਣਾ ਇਹ ਸਸਤਾ ਨਹੀਂ ਕਹਿ ਦੇਣਾ ਸੋਕਾ ਕੋਈ ਆਏ ਮਿਲੇ ਕੋ ਗਾਹੀ ਲੈ ਕੇ ਮਹੰਗੇ ਮੋਲ ਉਹ ਮਹੰਗਾ ਮੁੱਲ ਕਿਹੜਾ ਆ ਉਹ ਮਹੰਗਾ ਬੋਲਿਓ ਹੋਈ ਜਿਹੜਾ ਭਾਈ ਅਮਰਤ ਬਾਸ ਸਿੰਘ ਰਾਣੇ ਖਿਆਵਾ ਆਸੀਸ ਤੇ ਸਿਰ ਧਰ ਕੇ ਤੇ ਫਿਰ ਜੁਜਣਾ ਆ ਤੇ ਉਸ ਤੋਂ ਪਹਿਲਾਂ ਇਹ ਸੀਸ ਗੁਰੂ ਗ੍ਰੰਥ ਸਾਹਿਬ ਜੀ ਦੇ ਪੇਟ ਕਰਨਾ ਆ